ਤੇ ਮਿੱਤਰੋ ਪਿਆਰਿਓ ਪੰਜਾਬੀਓ, ਅੱਜ ਨਾ ਅਸੀਂ ਜਿਹੜਾ ਮੈਂ ਲਿਖਿਆ ਨਾ ਜੀ ਕਿੱਸਾ ਹੀਰ ਰਾਂਝਾ, ਉਹਦੇ ਵਿੱਚ ਕਿਉਂਕਿ ਮੈਂ ਇਹਨਾਂ ਸਾਰਿਆਂ ਖਾਨਦਾਨਾਂ ਦਾ ਪਿਛੋਕੜ ਵੀ ਲਿਖਿਆ ਹੋਇਆ, ਤੋ ਅੱਜ ਅਸੀਂ ਰਾਂਝੇ ਦਾ ਪਿਛੋਕੜ ਜਿਹੜਾ ਨਾ ਆਪਣੇ ਕਿੱਸੇ ਸੱਚ ਬਾਣੀ 'ਚੋਂ ਤੁਹਾਨੂੰ ਸੁਣਾਵਾਂਗੇ। ਇਹਦੇ ਵਿੱਚ ਨਾ ਮੈਂ ਜਿਹੜਾ ਸਾਰਾ ਸ਼ੇਰਾਂ 'ਚ ਲਿਖਿਆ, ਮੈਂ ਸ਼ੇਰ ਹੀ ਪੜ੍ਹ ਕੇ ਸੁਣਾ ਦੇਣਾ, ਅਤੇ ਜਿੱਥੋਂ ਕਿਤੋਂ ਤਫਸੀਲ ਦੀ ਜ਼ਰੂਰਤ ਹੋਏਗੀ ਉੱਥੇ ਮੈਂ ਤਫਸੀਲ ਵੀ ਬਿਆਨ ਕਰ ਦਿਆਂਗਾ। ਮੈਂ ਲਿਖਿਆ ਜੀ ਕਿ ਅਸਲ ਕਬੀਲਾ ਅਰਬ ਦਾ ਵਿੱਚ ਵਸਿਆ ਨਾਮ ਨਿਸ਼ਾਨ, ਰਾਂਝਾ ਜਿਹੜਾ ਇਹ ਅਰਬ ਦਾ ਕਬੀਲਾ ਹੈ ਔਰ ਅਕਰਮਾ ਬਿਨ ਅਬੂ ਜੇਲ ਦੀ ਔਲਾਦ ਨੇ। ਹਜ਼ਰਤ ਅਕਰਮਾ ਬਲਕਿ ਬੜੇ ਨੇਕ ਆਦਮੀ ਸਨ, ਅਬੂ ਜੇਲ ਦਾ ਪੁੱਤਰ ਜਿਹੜਾ ਬੜਾ ਮੁਸਲਮਾਨ ਹੋ ਗਿਆ ਔਰ ਬਹੁਤ ਹੀ ਅੱਛੇ ਬੰਦੇ ਸਨ, ਉਹਨਾਂ ਦੀ ਔਲਾਦ ਹੈ ਔਰ ਇਹ ਅਸਲ ਕਬੀਲਾ ਅਰਬ ਦਾ ਵਿੱਚ ਵਸਿਆ ਨਾਮ ਨਿਸ਼ਾਨ ਅਤੇ ਉਹ ਅਣਖੀ ਜੀਵਨ ਜੀਵਨ ਦੇ ਵਿੱਚ ਰਾਠਾਂ ਨਾਮ ਰਖਾਣ, ਪਰ ਮਗਰੋਂ ਨਬੀ ਕਰੀਮ ਦੇ ਜਦ ਛਿੜਿਆ ਸੀ ਗਮਸਾਨ, ਆ ਖਿਸਾਨਾ ਸੱਚੀਆਂ ਇਹ ਸੱਚਿਆਂ ਦਾ ਵਰਦਾਨ। ਜਿਹੜੇ ਵੇਲੇ ਜੋ ਪੱਖ ਅਲੀ ਦਾ ਪੂਰ ਦੇ ਵਿੱਚ ਰਹਿੰਦੇ ਅਰਬਸਤਾਨ, ਮੁੜ ਵੈਰੀ ਉਹਨਾਂ ਮਾਰਦੇ ਉਹ ਚੋਖਾ ਜ਼ੁਲਮ ਕਮਾਣ, ਅਤੇ ਆ ਮਗਰੋਂ ਜੁਮਲ ਸਫੀਨ ਤੋਂ ਔਖਾ ਸੀ ਜਾਨ ਬਚਾਣ, ਅਤੇ ਆ ਖਿਸਾਨਾ ਸੱਚੀਆਂ ਜ਼ੁਲਮਾਂ ਦਾ ਮਚਿਆ ਕਾਣ। ਉੱਥੇ ਜਦੋਂ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੋਂ ਬਾਅਦ ਜਦੋਂ ਹਜ਼ਰਤ ਅਲੀ ਅਲੈਹਿ ਸਲਾਮ ਦੀ ਮੁਖਾਲਫਤ ਸ਼ੁਰੂ ਹੋ ਗਈ ਔਰ ਜਿਹੜੇ ਲੋਕ ਉਹਨਾਂ ਦਾ ਸਾਥ ਦਿੰਦੇ ਸਨ ਨਾ ਜੀ, ਉਹਨਾਂ ਵਿੱਚ ਇਹ ਰਾਂਝਿਆਂ ਦਾ ਕਬੀਲਾ ਵੀ ਮੌਜੂਦ ਸੀ ਔਰ ਜੁਮਲ ਅਤੇ ਜੰਗੇ ਜੁਮਲ ਅਤੇ ਜੰਗੇ ਸਫੀਨ ਤੋਂ ਬਾਅਦ, ਔਰ ਉਸ ਵੇਲੇ ਇਹਨਾਂ ਲੋਕਾਂ ਦਾ ਜਿਹੜੇ ਉੱਥੇ ਹਾਕਮ ਸਨ ਉਹਨਾਂ ਨੇ ਜਿਉਣਾ ਔਖਾ ਕਰ ਦਿੱਤਾ ਔਰ ਹਜ਼ਰਤ ਅਲੀ ਦੀ ਸ਼ਹਾਦਤ ਤੋਂ ਬਾਅਦ ਜਦ ਪਾਈ ਸ਼ਹਾਦਤ ਅਲੀ ਨੇ ਜੋ ਅਸਲੋਂ ਰੱਬ ਦਾ ਸ਼ੇਰ ਅਤੇ ਮੁੜ ਵੈਰੀ ਜੋ ਇਸਲਾਮ ਦੇ ਉਹ ਪਾਵਣ ਅੱਤ ਅਖੀਰ ਹਨੇਰ ਸੀ ਉਮਵੀ ਫੜ ਫੜ ਮਾਰਦੇ ਨਾਬਰ ਜੋ ਲੱਭਦਾ ਫੇਰ ਅਤੇ ਆ ਖਿਸਾਨਾ ਸੱਚੀਆਂ ਸੀ ਹਾਹਾਕਾਰ ਚਫੇਰ। ਤੋ ਉਸ ਵੇਲੇ ਜਿਹੜੇ ਨੰਦਾ ਖਾਨਦਾਨ ਉਮੀਆ ਵਾਲੇ ਬੰਦੇ ਉਹ ਹਜ਼ਰਤ ਅਲੀ ਅਲੈਹਿ ਸਲਾਮ ਦੇ ਸਾਰੇ ਸਾਥੀਆਂ ਨੂੰ ਫੜ ਫੜ ਕੇ ਅਤੇ ਮਾਰਨਾ ਸ਼ੁਰੂ ਕਰ ਦਿੱਤਾ, ਅਤੇ ਉਹਦੇ ਵਿੱਚ ਉੱਥੇ ਉਹ ਕਬੀਲਾ ਸੀ ਵਿੱਚ ਬਨੂ ਉਸ ਕਬੀਲੜੇ ਇੱਕ ਹੋਇਆ ਅਬੂ ਜ਼ਰ, ਉੱਥੇ ਜਿਹੜਾ ਅਰਬਾਂ ਦਾ ਕਬੀਲਾ ਬਨੂ ਉਸ ਸੀ ਉਹਦੇ ਵਿੱਚ ਇੱਕ ਅਬੂ ਜ਼ਰ ਹੋਇਆ, ਉਹ ਅਬੂ ਰਾਫੇ ਦਾ ਪੁੱਤ ਸੀ ਵਿੱਚ ਜੰਮੇ ਕੁਰੈਸ਼ਾਂ ਘਰ ਔਰ ਉਹ ਅਬੂ ਰਾਫੇ ਦਾ ਬੇਟਾ ਸੀ, ਉਹ ਨਸਲੋਂ ਪੁੱਤਰ ਅਕਰਮਾ ਵਿੱਚ ਕਰਨੀ ਕਹਿਣੀ ਨਰ ਅਤੇ ਆ ਖਿਸਾਨਾ ਸੱਚੀਆਂ ਲਾਲਚ ਨਾ ਅੱਗੇ ਧਰ। ਤੋ ਅਬੂ ਜ਼ਰ ਸੀ ਦੌੜਿਆ ਮੁੜ ਇੱਥੋਂ ਜਾਨ ਬਚਾ, ਜਦੋਂ ਉਹ ਮੁਸ਼ਕਲ ਹਾਲਾਤ ਪੇਸ਼ ਹੋ ਗਏ ਹਰ ਪਾਸੇ ਫੜ ਲਓ ਪੈ ਗਈ, ਅਤੇ ਅਬੂ ਜ਼ਰ ਜਿਹੜਾ ਨਾ ਜੀ ਉੱਥੋਂ ਜਾਨ ਬਚਾ ਕੇ ਨੱਠਿਆ ਕਿ ਜ਼ਾਲਮ ਸਾਹਵੇਂ ਜੀਵਣਾ ਮੁੜ ਹਿਜਰਤ ਕਰਦਾ ਚਾਹ, ਅਤੇ ਵਿੱਚ ਲਸ ਬੇਲਾ ਦੇ ਆਣ ਕੇ ਅਤੇ ਸਕੀਤਾ ਪਰਤ ਟਕਾ, ਅਤੇ ਉਹ ਬਲੋਚਿਸਤਾਨ ਦੇ ਇਲਾਕੇ ਲਸ ਬੇਲਾ 'ਚ ਉੱਥੋਂ ਆ ਕੇ ਵੱਸ ਗਿਆ, ਆ ਖਿਸਾਨਾ ਸੱਚੀਆਂ ਇਹ ਜ਼ਾਲਮ ਦੇਣ ਸਜ਼ਾ। ਇੱਕ ਚੰਗੇ ਹਾਕਮ ਵੇਖਿਆ ਮੁੜ ਕਰੇ ਜਗੀਰਾਂ ਦਾਨ, ਲਸ ਬੇਲੇ ਦੇ ਵਿੱਚ ਉਹ ਆ ਕੇ ਕਿਸੇ ਹਾਕਮ ਨੂੰ ਮਿਲੇ ਅਤੇ ਉਹਨਾਂ ਦੱਸਿਆ ਕਿ ਅਸੀਂ ਸਾਊਦੀ ਅਰਬ ਤੋਂ ਆਏ ਹਾਂ, ਅਰਬਸਤਾਨ ਤੋਂ ਆਏ ਹਾਂ, ਅਤੇ ਆਹ ਸਾਡੇ ਨਾਲ ਹੋਇਆ, ਅਤੇ ਉਹਨਾਂ ਨੇ ਉਹਨਾਂ ਨੂੰ ਕੋਈ ਜਗੀਰ ਦੇ ਦਿੱਤੀ, ਮੁੜ ਨਸਲਾਂ ਤਾਂ ਹੀ ਨਸਲਾਂ ਉੱਥੇ ਵਸੀਆਂ ਉਹ ਆਪਣੀ ਸਤਾ ਮਨਾਣ, ਮੁੜ ਪੁੱਤਰ ਰੋਂਝੇ ਖਾਨ ਦਾ ਇੱਕ ਹੋਇਆ ਹਜ਼ਰੋ ਖਾਨ, ਔਰ ਉਸੇ ਨਸਲ 'ਚੋਂ ਇੱਕ ਰੋਂਝਾ ਖਾਨ ਹੋਇਆ ਜਿਹਦਾ ਪੁੱਤਰ ਹਜ਼ਰੋ ਖਾਨ ਹੋਇਆ, ਅਤੇ ਆ ਖਿਸਾਨਾ ਸੱਚੀਆਂ ਸਭ ਕਰਦੇ ਉਸ 'ਤੇ ਮਾਣ। ਉੱਥੇ ਬਲੋਚਿਸਤਾਨ 'ਚ ਇੱਕ ਗੂੰਗਾ ਕਬੀਲਾ ਸੀ ਕਾਫੀ ਦੇਰ ਤੋਂ, ਉਹ ਬੜਾ ਤਗੜਾ ਕਬੀਲਾ ਸੀ ਔਰ ਬੜਾ ਜਾਬਰ ਔਰ ਲੜਾਈ ਝਗੜੇ ਨੂੰ ਅੱਜ ਵੀ ਮੌਜੂਦ ਹੈ, ਮੁੜ ਉਹਦੇ ਨਾਲ ਇਹਨਾਂ ਦਾ ਜਿਹੜਾ ਫੱਡਾ ਪੈ ਗਿਆ ਕਿਸੇ ਗੱਲ ਤੋਂ, ਔਰ ਗੂੰਗਾ ਕਬੀਲੇ ਨਾਲ ਇਹਨਾਂ ਦੀ ਜਿਹੜੀ ਲੜਾਈ ਹੋਈ ਹੈ ਉਹਦੇ ਵਿੱਚ ਹਜ਼ਰੋ ਖਾਨ ਉਹਦੇ ਨਾਲ ਜਿਸ ਵੇਲੇ ਲੜਿਆ ਔਰ ਲੇਕਿਨ ਉਹਦਾ ਮੁਕਾਬਲਾ ਨਾ ਕਰ ਸਕਿਆ, ਅਤੇ ਫਿਰ ਮੁੜ ਹਜ਼ਰੋ ਖਾਨ ਸੀ ਨੱਠਿਆ ਉਹ ਗਿਆ ਪੰਜਾਬੇ ਆ, ਅਤੇ ਉਹ ਬੈਠਣ ਥਾਂ ਸੀ ਭਾਲਦਾ ਵਿੱਚ ਜੂਹਾਂ ਫੇਰਾ ਪਾ। ਤੋ ਹਜ਼ਰੋ ਖਾਨ ਜਿਹੜਾ ਨਾ ਜੀ ਉੱਥੇ ਗੂੰਗਾ ਕਬੀਲੇ ਕੋਲੋਂ ਸ਼ਿਕਸਤ ਖਾ ਕੇ ਅਤੇ ਪੰਜਾਬੇ ਆਵੜਿਆ, ਅਤੇ ਉੱਥੇ ਹੁਣ ਉਹ ਜਗ੍ਹਾ ਜਗ੍ਹਾ ਲੱਭਦਾ ਫਿਰਦਾ ਸੀ ਕਿ ਕਿੱਥੇ ਰਿਹਾ ਜਾਏ। ਉਸ ਵੇਲੇ ਜ਼ਿਆਦਾ ਫਸਲ ਉਗਾਉਣ ਦਾ ਜਾਂ ਬਜੋਤ ਕਰਨ ਦਾ ਰਿਵਾਜ਼ ਨਹੀਂ ਸੀ, ਡੰਗਰ ਜ਼ਿਆਦਾ ਡੰਗਰ ਵੱਛਾ ਚਾਰਦੇ ਸਨ ਲੋਕ ਔਰ ਉਹ ਪਾਣੀ ਦੀ ਕੋਈ ਜੂਹ ਜਾਂ ਦਰਿਆਵਾਂ ਦਾ ਕੋਈ ਕੰਢਾ ਉਹ ਪਾਲਦੇ ਸਨ, ਇਸ ਵਾਸਤੇ ਉਹ ਲੱਭਦਾ ਫਿਰਦਾ ਸੀ ਕਿ ਉਹ ਲੱਭਦਾ ਫਿਰੇ ਚਰਾਂਦ ਨੂੰ ਜਿੱਥ ਲੱਭਦਾ ਚੰਗਾ ਕਾ, ਚਰਾਂਦ ਚੱਗਾ ਡੰਗਰਾਂ ਦੇ ਚੁਰਾਉਣ ਵਾਲੀ ਜਗ੍ਹਾ, ਅਤੇ ਆ ਕਿਸਾਨਾਂ ਸੱਚੀਆਂ ਸੱਚਿਆਂ ਨੂੰ ਯਾਰ ਬਣਾ। ਅਤੇ ਉਹ ਫਿਰ ਨਾ ਜੀ ਇਸ ਤਰ੍ਹਾਂ ਵੱਸ ਆਉਂਦਾ ਆਉਂਦਾ ਉਹ ਚਨਾਹ 'ਤੇ ਆਣ ਕੇ ਵੱਸ ਗਿਆ ਔਰ ਉੱਥੇ ਮਤਲਬ ਇਹ ਹੈ ਕਿ ਉੱਥੇ ਉਹਨਾਂ ਨੂੰ ਲੰਮੀਆਂ ਜਗੀਰਾਂ ਮਿਲ ਗਈਆਂ, ਅਤੇ ਸ਼ਾਹਪੁਰ ਜਿਹੜਾ ਨਾ ਜੀ ਸ਼ਾਹਪੁਰ ਸਰਗੋਧੇ ਦੇ ਲਾਗੇ ਜ਼ਿਲ੍ਹਾ ਉਦੋਂ ਸ਼ਾਹਪੁਰ ਸੀ ਉਹਦੇ ਵਿੱਚ ਇਹਨਾਂ ਦੀ ਆ ਕੇ ਅਤੇ ਇਹਨਾਂ ਨੇ ਆਪਣਾ ਟਿਕਾਣਾ ਕਰ ਲਿਆ।
ਮੁੜ ਸੀਂ ਗਜਰਾਂ ਤੋਂ ਲੱਗਦੀ ਜਿੱਥ ਕੀਤਾ ਤਿੰਨਾ ਵਾਸ, ਉਹ ਜਿਹੜੀ ਹੱਦ ਹੈ ਸੀਂ ਆਉਂਦੇ ਨੇ ਹੱਦ ਨੂੰ, ਜਿੱਥੇ ਗੁਜਰਾਤ ਦੇ ਨਾਲ ਹੱਦ ਲੱਗਦੀ ਸੀ ਉੱਥੇ ਉਹਨਾਂ ਵਾਸ ਕੀਤਾ। ਸਣ ਬਹਿਕਾਂ ਪਰਤ ਬਿਠਾ ਲਈਆਂ ਰੱਖ ਮੌਲਾ ਉੱਤੇ ਆਸ, ਅਤੇ ਮੁੜ ਆਹਲੀ ਪਿੰਡ ਵਸਾ ਲਿਆ ਕਰ ਵਸੋਂ ਅਤੇ ਤਰਵਾਸ। ਉਸ ਜਗ੍ਹਾ ਤੋਂ ਉਹਨਾਂ ਪਿੰਡ ਜਿਹੜਾ ਵਸਾਇਆ ਉਹਨੂੰ ਆਹਲੀ ਆਉਂਦੇ ਸਨ। ਆਹਲੀ ਪੰਜਾਬ 'ਚ ਡੇਰੇ ਨੂੰ ਆਉਂਦੇ ਨੇ, ਵਸਣ ਥਾਂ ਨੂੰ ਆਉਂਦੇ ਨੇ। ਆਹਲੀ ਅਤੇ ਜਨਾਬ ਜੋਕ, ਡੋਕ, ਢਾਰੀ, ਇਹ ਸਾਰੇ ਵਸੋਂ ਦੇ ਨਾਂ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ। ਆ ਕਿਸਾਨਾਂ ਸੱਚੀਆਂ ਬਸ ਨਿੱਤਰਾਂ ਨੇ ਇੱਥੇ ਖਾਸ, ਉਹਨੂੰ ਰੱਜੇ ਕੀ ਆਹਲੀ ਆਉਂਦੇ ਸਨ ਉਸ ਵੇਲੇ। ਰੱਜਾ ਰਾਂਝੇ ਨੂੰ ਅਸਲ 'ਚ ਨਾ ਜਿਹੜੀ ਲਹਿੰਦੀ ਬੋਲੀ ਆ ਉਹਦੇ ਵਿੱਚ ਰੱਜਾ ਅਤੇ ਰੱਜੇ ਕੀ ਆਹਲੀ ਆਖਦੇ ਸਨ। ਅਤੇ ਉੱਥੇ ਪਹਿਲੂ ਆ ਕੇ ਬੈਠੇ, ਉੱਥੇ ਮਤਲਬ ਕਾਫੀ ਚਿਰ ਰਹੇ। ਫਿਰ ਉੱਥੋਂ ਟੁਰਦੇ ਫਿਰਦੇ ਉਹਨਾਂ ਨੇ ਡੰਗਰ ਚਾਰਦੇ ਚੂਰਦੇ ਵੇਖਿਆ ਕਿ ਉਹਦੇ ਨਾਲੋਂ ਬਿਹਤਰ ਕੋਈ ਜਗ੍ਹਾ ਲੱਭ ਜਾਏ, ਅਤੇ ਉਹ ਅੱਗੇ ਜਿਹੜੇ ਟੁਰ ਪਏ। ਜਦੋਂ ਪਾਣੀ ਉੱਥੇ ਸੁੱਕ ਜਾਂਦਾ ਸੀ ਵੇਖਦੇ, ਤਾਂ ਫਿਰ ਥੋੜ੍ਹਾ ਜਿਹਾ ਉੱਥੋਂ ਡੰਗਰ ਵੱਛਾ ਲੈ ਕੇ ਅੱਗੇ ਆ ਜਾਂਦੇ ਸਨ, ਅਤੇ ਉੱਥੋਂ ਭਾਜੜ ਚੁੱਕ ਕੇ ਅਤੇ ਥੋੜ੍ਹਾ ਅੱਗੇ ਆ ਜਾਂਦੇ ਸਨ। ਅਤੇ ਇਹ ਉਸ ਵੇਲੇ ਸਾਰਾ ਖੋਹ ਖਾਵਣ ਦਾ, ਅਤੇ ਲੜਾਈਆਂ ਝਗੜੇ, ਅਤੇ ਇੱਕ ਦੂਜੇ ਕੋਲੋਂ ਡੰਗਰ ਵੱਛਿਆਂ ਤੋਂ ਵੀ ਲੜਾਈਆਂ ਝਗੜੇ, ਅਤੇ ਇਹ ਪੰਜਾਬ ਦੇ ਵਾਸ ਇੰਝ ਸੀ ਸਾਰੇ ਲੋਕਾਂ ਦਾ। ਅਤੇ ਫਿਰ ਉਹ ਜਦੋਂ ਚਰਾਂਦਾ ਮੁੱਕ ਗਈਆਂ ਅਤੇ ਉੱਥੋਂ ਅੱਗੇ ਪੈਰ ਵਧਾ ਗਏ, ਅਤੇ ਉਹ ਮਤਲਬ ਦਾਨਿਆਲ ਵਿੱਚ ਆ ਕੇ ਵੱਸ ਗਏ। ਉੱਥੇ ਇੱਕ ਜਗ੍ਹਾ ਸੀ ਦਾਨਿਆਲ, ਸਰਗੋਧੇ ਦੀ ਜੂਹ ਵਿੱਚ ਹੀ, ਉੱਥੇ ਆ ਕੇ ਉਹਨਾਂ ਡੇਰਾ ਲਾ ਲਿਆ। ਉੱਥੇ ਫਿਰ ਆਉਣਾ ਦਾ ਜਦੋਂ ਟਾਈਮ ਆਇਆ, ਅਤੇ ਉਹਨਾਂ ਵੇਖਿਆ ਕਿ ਇੱਥੇ ਵੀ ਪਾਣੀ ਛਾਣੀ ਦਾ ਮਸਲਾ ਹੈ, ਉਦੋਂ ਫਿਰ ਅੱਗੇ ਟੁਰ ਪਏ। ਔਰ ਡੰਗਰ ਵੀ ਉਹਨਾਂ ਦੇ ਯਾਨੀ ਤਰੇ ਪਾਰੋਂ ਮਰਨ ਲੱਗ ਪਏ। ਔਰ ਉਹਨਾਂ ਨੇ ਆਖਿਆ ਚਲੋ ਛੱਡ ਕੇ ਅਤੇ ਇਹਨੂੰ ਅੱਗੇ, ਉਹਨਾਂ ਇੱਥੋਂ ਕਿੱਲਾ ਪੁੱਟਿਆ ਪਰਤ ਕੇ ਜ਼ਖਮਾਂ ਨੂੰ ਲੱਗੇ ਸੀਨ, ਉਹਨਾਂ ਉੱਥੋਂ ਕਿੱਲਾ ਪੁੱਟਿਆ ਅਤੇ ਅੱਗੇ ਟੁਰ ਪਏ। ਔਰ ਅਖੀਰ ਜੀ ਇਹਨਾਂ ਬਹਿਕ ਵਸਾਈ ਵੱਖਰੀ, ਇਹ ਬੈਠਣ ਉੱਥੇ ਆ ਬਹਿਕ ਵੀ ਆਉਂਦੇ ਨੇ ਜਿੱਥੇ ਆਰਜ਼ੀ ਤੌਰ 'ਤੇ ਟਿਕਾਣਾ ਲਾਇਆ ਜਾਏ। ਵਿੱਚ ਵਹਿਲਾਂ ਨਦੀਆਂ ਨਾਲਿਆਂ ਉਹ ਬੈਠੇ ਫਿਕਰ ਮੁਕਾ, ਔਰ ਉਹ ਝਨਾਂ ਦੇ ਨੇੜੇ ਆ ਕੇ ਬਹਿ ਗਏ। ਅਤੇ ਸੀ ਲੰਘ ਦੀ ਫਾਟ ਝਨਾਂ ਦੀ, ਤਿਸ ਪਾਸੇ ਵੱਲੋਂ ਚਾਹ ਚਾਹ ਕਿਸਾਨਾਂ ਸੱਚੀਆਂ ਤੂੰ ਸੱਚਿਆਂ ਦੇ ਦਰ ਜਾ। ਮੁੜ ਰੋਂਝੇ ਗੋਤੋਂ ਵੱਟ ਕੇ ਬਣ ਗਏ ਸੀ ਰਾਂਝੇ ਚਾਹ, ਅਤੇ ਉਹ ਪਿਛਲਾ ਪਾਸਾ ਭੁੱਲ ਕੇ ਮੁੜ ਬਣਨ ਪੰਜਾਬੀ ਆ। ਮੁੜ ਪੱਕਾ ਵਾਸ ਵਸਾ ਲਿਆ ਹੁਣ ਲਾਗੇ ਸੀ ਦਰਿਆ, ਅਤੇ ਆ ਕਿਸਾਨਾਂ ਸੱਚੀਆਂ ਤੂੰ ਸੱਚ ਦੇ ਬੂਟੇ ਲਾ। ਤੋ ਉਹ ਹਜ਼ਰੋ ਖਾਨ ਤੋਂ, ਕਰ ਹਜ਼ਰੋ ਖਾਨ ਨੇ ਨੌਕਰੀ ਵਿੱਚ ਬਲਬਨ ਸ਼ਾਹੀ ਸਾਜ, ਉਸ ਵੇਲੇ ਗਿਆਸੁਦੀਨ ਬਲਬਨ ਦਾ ਰਾਜ ਸੀ, ਔਰ ਉਹਨੇ ਉੱਥੇ ਕਿਉਂਕਿ ਇਹ ਤਗੜਾ ਕਬੀਲਾ ਸੀ ਇਹਨਾਂ ਦਾ, ਉੱਥੇ ਇਹਨਾਂ ਨੇ ਉਹਦੇ ਵਿੱਚ ਨੌਕਰੀ ਕਰ ਲਈ ਗਿਆਸੁਦੀਨ ਬਲਬਨ ਦੀ ਬਾਦਸ਼ਾਹੀ ਦੇ ਵਿੱਚ, ਔਰ ਇਹਨੂੰ ਕੁਰਸੀ ਨਸ਼ੀਨ ਦਾ ਖਿਤਾਬ ਮਿਲ ਗਿਆ। ਅਤੇ ਇਸ ਖੂਬ ਜਗੀਰਾਂ ਮੱਲੀਆਂ ਵਿੱਚ ਵਾਹਵਾ ਵਜਕਾ ਬਾਜ, ਅਤੇ ਉਹ ਜੀ ਉਹਨੇ ਉਹਦਾ ਨਾਂ ਜਿਹੜਾ ਹਜ਼ਰੋ ਖਾਨ ਦਾ ਨਾਂ ਤਖ਼ਤ ਹਜ਼ਾਰਾ, ਹਜ਼ਰੋ ਖਾਨ ਦੇ ਨਾਂ ਤਖ਼ਤ ਹਜ਼ਾਰਾ ਜਿਹੜਾ ਉਹ ਵਸਾ ਦਿੱਤਾ, ਜਿਹੜਾ ਅੱਜ ਵੀ ਮੌਜੂਦ ਹੈ ਜ਼ਿਲ੍ਹਾ ਸਰਗੋਧੇ ਦੇ ਵਿੱਚ, ਹਲਾਲਪੁਰ ਨੂਨਾ ਦੇ ਚੜ੍ਹਦੇ ਪਾਸੇ। ਅਤੇ ਇਹ ਜਨਾਬ ਇਹਨੂੰ ਹਜ਼ਰੋ ਖਾਨ ਨੇ ਆਬਾਦ ਕੀਤਾ ਸੀ। ਅਤੇ ਆ ਕਿਸਾਨਾਂ ਸੱਚੀਆਂ ਇਹ ਜੀਵਨ ਸੁਥਰਾ ਸਾਜ। ਫਿਰ ਜਿਹੜਾ ਹਜ਼ਰੋ ਖਾਨ ਸੀ ਨਾ ਜੀ, ਉਹਦੀ ਪੀੜ੍ਹੀਓਂ ਉਹਦੀ ਅੱਗੋਂ ਉਹਦੀ ਨਸਲ 'ਚੋਂ ਇੱਕ ਜੰਮਿਆ ਮੌਜਦਾਰ, ਇੱਕ ਵੱਤ ਹਜ਼ਰੋ ਖਾਨ ਦੀ ਪੀੜ੍ਹੀਓਂ ਇੱਕ ਜੰਮਿਆ ਮੌਜਦਾਰ, ਤਦ ਰਾਜ ਬਹਿਲੌਲ ਪਠਾਨ ਦਾ ਸੀ ਹਰ ਪਾਸੇ ਵਿਚਕਾਰ। ਯਾਨੀ ਬਹਿਲੌਲ ਲੋਧੀ ਦਾ ਜਦੋਂ ਰਾਜ ਸੀ, ਉਦੋਂ ਜਿਹੜਾ ਨਾ ਜੀ ਮੌਜਦਾਰ ਖਾਂ ਉਹਦੀ ਨਸਲ 'ਚੋਂ ਜੰਮਿਆ। ਉਹ ਪੜ੍ਹਿਆ ਲਿਖਿਆ ਆਦਮੀ ਵਿੱਚ ਆਦਰ ਸੀ ਦਰਬਾਰ, ਆ ਕਿਸਾਨਾਂ ਸੱਚੀਆਂ ਲਾਣਾ ਹੈ ਉਸਨੇ ਪਾਰ। ਅਤੇ ਇਸ ਮੌਜਦਾਰ ਨੂੰ ਪਰਤ ਕੇ ਮੁੜ ਮੌਜੂ ਆਖਣ ਲੋਕ, ਤਾਂ ਉਹਨੂੰ ਪੰਜਾਬ ਦੀ ਜਿਹੜੀ ਰਵਾਇਤ ਹੈ ਅੱਧਾ ਨਾਂ ਬੁਲਾਉਣ ਦੀ, ਉਹ ਫਿਰ ਮੌਜਦਾਰ ਖਾਂ ਨੂੰ ਲੋਕ ਮੌਜੂ ਆਖਣ ਲੱਗ ਪਏ। ਅਤੇ ਉਹ ਦਾਨ ਕਰਿੰਦਾ ਮਾੜਿਆਂ ਦਿੰਦਾ ਸੀ ਹੋਕੇ ਹੋਕ, ਕਿ ਉੱਥੇ ਫਸਲ ਬੰਨਾ ਵੀ ਚੰਗਾ ਹੁੰਦਾ ਸੀ, ਅਤੇ ਉਹ ਮਾੜਿਆਂ ਨੂੰ ਵੀ ਦਾਨ ਛਾਨ ਚੰਗਾ ਕਰਦਾ ਸੀ। ਅਤੇ ਉਹ ਖੁਤਬੇ ਆਪ ਸੁਨਾਮ ਦਾ ਮੁੜ ਕਦੀ ਨਾ ਪੈਂਦੀ ਸੋਕ, ਅਤੇ ਆ ਕਿਸਾਨਾਂ ਸੱਚੀਆਂ ਤੂੰ ਜਾਣਾ ਹੈ ਪਰਲੋਕ। ਉਹ ਆਪ ਜਿਹੜਾ ਮੌਜਦਾਰ ਖਾਂ ਸ਼ਾਇਰ ਵੀ ਸੀ ਬੜਾ ਅੱਤ ਕਮਾਲ ਦਾ, ਔਰ ਉਹਦੀਆਂ ਬੜੀਆਂ ਧੁੰਮਾਂ ਦੂਰ ਤੱਕ ਪਈਆਂ ਹੋਈਆਂ ਸਨ, ਅਤੇ ਹਰ ਕੋਈ ਜਿਹੜਾ ਉਹਦਾ ਨਾਂ ਲੈਂਦਾ ਸੀ। ਔਰ ਉਹ ਪਰੇ ਨਿਆਂ ਦਾ ਬੜਾ ਵੱਡਾ ਮੁਨਸਬ ਵੀ ਸੀ। ਔਰ ਮੌਜਦਾਰ ਖਾਨ ਜਿਹੜਾ ਉਹ ਤੁਸੀਂ ਸਮਝ ਲਓ ਕਿ ਇਸ ਰਾਂਝਾ ਨਸਲ ਦਾ ਇੱਥੇ ਜਿਹੜਾ ਤੀਦੋ ਰਾਂਝੇ ਦਾ ਬਾਪ ਸੀ। ਬਾਕੀ ਗੱਲਾਂ ਜਿਹੜੀਆਂ ਨੇ ਉਹ ਅਗਲੀ ਵੀਡੀਓ 'ਚ ਕੀਤੀ ਜਾਏਗੀ। ਬਹੁਤ ਮਿਹਰਬਾਨੀ, ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ।